ਵੀਰ ਜੀ ਮੈਸੀ 241 42 ਹਾਰਸ ਪਾਵਰ ਟਰੈਕਟਰ ਹੈ। ਅੱਜ ਨਿਹਾਲ ਖੇੜਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਚੱਲ ਰਿਹਾ। ਇਹ ਡੈਮੋਸਟ੍ਰੇਟਰ ਜਿਹੜੇ ਹੈਗੇ ਨੇ ਸੁਖਚੈਨ ਸਿੰਘ ਜੀ ਸਪੈਸ਼ਲ ਤੌਰ 'ਤੇ ਇੱਥੇ ਆਏ ਨੇ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੈਸੀ 241 ਜਿਹੜਾ ਹੈ, ਜਿਹੜਾ ਵਾਹਣ ਹੈ ਕਮਾਦ ਪੱਟੀ ਹੋਈ ਹੈ, ਕਮਾਦ ਵੱਢਣ ਤੋਂ ਬਾਅਦ ਵੱਟਾਂ ਵਾਲਾ ਵਾਹਣ ਹੈ। ਤੁਸੀਂ ਦੇਖੋ ਇਹ 241 ਤਿੰਨ ਰਿਵਰਸੀਬਲ ਪਲਾਊ, ਉਹ ਵੀ ਲੈਮਕਨ ਕੰਪਨੀ ਦੇ, ਬੜੀ ਆਰਾਮ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਖਿੱਚ ਰਿਹਾ। ਇੱਕ ਬਹੁਤ ਵੱਡੀ ਗੱਲ ਹੈ, ਬਾਕੀ ਹੀ ਕਮਾਲ ਦੀ ਚੀਜ਼ ਹੈ ਜੀ ਮੈਸੀ 241, ਅਤੇ ਡੂੰਘਾਈ ਵੀ ਇੰਨੀ ਜ਼ਿਆਦਾ ਦੇ ਰਿਹਾ ਕਿ ਪੁੱਛੋ ਹੀ ਨਾ। ਬਹੁਤ ਹੀ ਸੋਹਣੀ ਡੂੰਘਾਈ ਦੇ ਵਿੱਚ ਘੱਟੋ ਘੱਟ ਵੀ, ਆਹ ਦੇਖੋ ਤੁਸੀਂ ਇੱਕ ਗਿੱਠ 4 2 6 ਉਂਗਲ, ਇੱਕ ਗਿੱਠ 6 ਉਂਗਲ ਦੇ ਵਿੱਚ ਜਿਹੜੀ ਹੈ ਇਹ ਗਹਿਰਾਈ ਜਾ ਰਹੀ ਹੈ, ਅਤੇ ਮਿੱਟੀ ਦੇਖੋ ਬਿਲਕੁਲ ਪਲਟ ਕੇ ਰੱਖ ਰਿਹਾ। ਬਹੁਤ ਹੀ ਸੋਹਣਾ, ਬਹੁਤ ਹੀ ਵਧੀਆ ਪਰਫੋਰਮੈਂਸ ਹੈ। ਇਸ ਤੋਂ ਇਲਾਵਾ ਇੱਥੇ ਕੁਬੋਟਾ ਕੰਪਨੀ ਵੱਲੋਂ ਵੀ ਟਰੈਕਟਰ ਆਏ ਹੋਏ ਨੇ, ਜਿਨ੍ਹਾਂ ਦਾ ਕਿ ਪਰਫੋਰਮੈਂਸ 3 ਪਲਾਊ ਖਿੱਚਣ ਲੱਗਿਆਂ ਟਰੈਕਟਰ ਅੱਗੋਂ ਖੜ੍ਹਾ ਹੁੰਦਾ ਹੈ, ਜਿਹੜਾ ਕਿ 55 ਹਾਰਸ ਪਾਵਰ ਟਰੈਕਟਰ ਹੈ। ਵਾਕਈ ਘਿਓ ਖਾਓ ਦੇਸੀ, ਟਰੈਕਟਰ ਵਾਹੋ ਮੈਸੀ, ਵਾਕਈ ਹੀ ਬਹੁਤ ਜਾਨ ਹੈ, ਬਹੁਤ ਅੱਛੀ ਪਰਫੋਰਮੈਂਸ ਹੈ ਜੀ। ਧੰਨਵਾਦ।